ਸਿੱਖਾਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਹਾਂ ਜਰਮਨਜੀਤ ਸਿੰਘ ਅਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। ਦੋਸਤੋ ਅੱਜ ਦੇ ਦਿਨ ਯਾਨੀ ਕਿ 7 ਮਈ 1991 ਵਾਲੇ ਦਿਨ ਖਾੜਕੂਆਂ ਅਤੇ ਸਰਕਾਰੀ ਫੋਰਸਾਂ ਦੇ ਵਿੱਚ ਬਟਾਲਾ ਦੇ ਨੇੜੇ ਪਿੰਡ ਰਟੌਲ ਦੇ ਵਿਖੇ ਅਸਲ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿੱਚ ਜਥੇਦਾਰ ਭਾਈ ਗੁਰਬਚਨ ਸਿੰਘ ਮਾਣੋਚਲ ਮਹਿਫੂਜ਼ ਨਿਕਲ ਗਏ ਸਨ। ਸੱਤ ਮਈ 1991 ਦੇ ਦਿਨ ਖਾੜਕੂਆਂ ਅਤੇ ਪੁਲਿਸ ਵਿੱਚ ਅਸਲ ਮੁਕਾਬਲਾ ਹੋਇਆ ਸੀ। ਇਸ ਜੰਗ ਵਿੱਚ ਪੁਲਿਸ BSF ਅਤੇ CRPF ਦੇ 1000 ਤੋਂ ਵੱਧ ਸਿਪਾਹੀਆਂ ਅਤੇ ਫੌਜ ਦੇ ਬਟਾਲਾ ਦੇ ਕੋਲ ਪਿੰਡ ਰਟੌਲ ਅਤੇ ਮੁਗਲ ਚੱਕ ਵਿਚਕਾਰ 7-8 ਸਿੱਖਾਂ ਨੂੰ ਘੇਰ ਲਿਆ। ਇਹਨਾਂ ਵਿੱਚ ਜਥੇਦਾਰ ਗੁਰਬਚਨ ਸਿੰਘ ਮਾਣੋਚਾਲ ਵੀ ਸੀ। 48 ਘੰਟੇ ਚੱਲੇ ਇਸ ਅਸਲ ਮੁਕਾਬਲੇ ਵਿੱਚ DIG ਅਜੀਤ ਸਿੰਘ ਅਤੇ ਦਰਜਨਾ ਪੁਲਿਸੀਏ ਮਰ ਗਏ। ਖਾੜਕੂਆਂ ਵਿੱਚੋਂ ਦਵਿੰਦਰ ਸਿੰਘ, ਹਰਜਿੰਦਰ ਸਿੰਘ ਪਲਵਾਨ, ਲਖਵਿੰਦਰ ਸਿੰਘ ਲੱਖਾ, ਜਗਤਾਰ ਸਿੰਘ ਪੋਰਸੀ, ਲਖਵਿੰਦਰ ਸਿੰਘ ਮੁਗਲ ਚੱਕ, ਕਾਲਾ ਸਿੰਘ ਬਲੀਪੁਰ, ਸ਼ਿੰਦਰ ਸਿੰਘ ਜੰਮੂ ਅਤੇ ਚਾਚਾ ਫੌਜੀ ਸ਼ਹੀਦ ਹੋ ਗਏ। ਜਥੇਦਾਰ ਗੁਰਬਚਨ ਸਿੰਘ ਮਾਣੋਚਾਲ ਇਸ ਮੁਕਾਬਲੇ ਵਿੱਚੋਂ ਮਹਿਫੂਜ਼ ਬਚ ਕੇ ਨਿਕਲ ਗਏ ਸਨ। ਸੋ ਫਿਲਹਾਲ ਅੱਜ ਦੇ ਸਿੱਖ ਇਤਿਹਾਸ ਦੇ ਵਿੱਚ ਇੰਨਾ ਹੀ, ਔਰ ਦੇਸ਼ ਅਤੇ ਵਿਦੇਸ਼ ਦੀਆਂ ਗਤੀਵਿਧੀਆਂ ਲਈ ਤੁਸੀਂ ਦੇਖਦੇ ਰਹੋ ਚੱਕਦੇ TV। ਇਸ ਤੋਂ ਇਲਾਵਾ ਤੁਸੀਂ ਸਾਡੇ ਫੇਸਬੁੱਕ ਪੇਜ, ਟਵਿੱਟਰ ਅਤੇ ਵਟਸਐਪ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ ਅਤੇ ਹੁਣ ਤੁਸੀਂ ਚੱਕਦੇ TV ਲਾਈਵ ਦੇਖ ਸਕਦੇ ਆਪਣੇ ਐਂਡਰਾਇਡ ਫੋਨ ਉੱਤੇ, ਯਾਨੀ ਕਿ ਚੱਕਦੇ TV ਐਪ ਦੇ ਰਾਹੀਂ। ਧੰਨਵਾਦ।